ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਿਉਣਾ, ਤੁਸੀਂ ਦੇਖ ਰਹੇ ਹੋ ਦਾ ਹੈਪੀਐਸਟ ਕਪਲ ਅਤੇ ਇਬਾਦਤ ਆਪਣੇ ਮੰਮੀ ਦੇ ਨਾਲ ਸਹੁ ਰਹੇ ਨੇ ਉੱਧਰ ਕਮਰੇ ਦੇ ਵਿੱਚ, ਕਿਉਂਕਿ ਦੇ ਟਾਈਮ ਟਾਈਮ ਇਬਾਦਤ ਬਹੁਤ ਜ਼ਿਆਦਾ ਸੁਣਦੀ ਹੈ ਔਰ ਰਾਤ ਨੂੰ ਜਗਾਉਂਦੀ ਹੈ। ਅਤੇ ਹੁਣ ਮੈਂ ਆਪਣੇ ਇੱਕ ਹੋਰ ਪੁੱਤਰ ਅਗਮਵੀਰ ਸਿੰਘ ਦੇ ਕੋਲ ਆਇਆ ਇਹਦੀ ਫਰਮਾਇਸ਼ 'ਤੇ। ਕਹਿੰਦਾ ਚਾਚੂ ਆਓ ਜ਼ਰਾ, ਮੈਂ ਹਾਰਮੋਨੀਅਮ ਵਜਾ ਕੇ ਤੁਹਾਨੂੰ ਸੁਣਾਉਣਾ ਅਤੇ ਸੁਣਿਓ ਜ਼ਰਾ, ਅਤੇ ਮੈਂ ਚਾਹੁੰਦਾ ਤੁਸੀਂ ਵੀ ਨੋਟ ਕਰਿਓ ਅਗਮ ਕਿਵੇਂ ਹਾਰਮੋਨੀਅਮ ਵਜਾਉਂਦਾ ਹੈ। ਸੁਣਾਓ ਜੀ। ਹਾਏ ਹਾਏ ਗਾ ਤਾਂ ਦੇ, ਕੀ ਹੈ ਕੀ ਮੈਨੂੰ ਸੁਣਾ, ਦੱਸ ਤਾਂ ਦੇ ਕੀ ਹੈ। ਅੰਗਰੇਜ਼ੀ ਗਾਣਾ ਵਜਾ ਰਹੇ ਹੈਂ, ਅੰਗਰੇਜ਼ ਬਹੁਤ ਸੋਹਣਾ ਵਜਾਇਆ, ਵੈਲ ਡਨ। ਮੈਨੂੰ ਪਤਾ ਨਹੀਂ ਨਾ ਗਾਣਾ ਕਿਹੜਾ, ਇਸ ਕਰਕੇ ਮੈਨੂੰ ਨਹੀਂ ਪਤਾ ਨਾ ਪੂਰਾ ਕਿਹੜਾ, ਮੈਂ ਸੁਣਿਆ ਨਹੀਂ ਹੋਇਆ। ਚਲੋ ਵੈਲ ਡਨ, ਗੁੱਡ ਵਨ, ਵੈਰੀ ਗੁੱਡ, ਕਰਦਾ ਰਿਹਾ ਰਿਆਜ਼। ਹੁਣ ਆਪਾਂ ਮਿਲਾਉਂਦੇ ਹਾਂ ਤੁਹਾਨੂੰ ਇਬਾਦਤ ਨਾਲ, ਜੇ ਇਬਾਦਤ ਉੱਠੀ ਹੋਈ ਹੈ। ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆ ਮਿਲ ਗਈ ਕਿਰਨ ਨਾਲ, ਆਪਣੇ ਕਾਕੇ ਦੇ ਨਾਲ, ਇੱਧਰ ਮੇਰੇ ਮੰਮੀ। ਕੱਲ੍ਹ ਦੇ ਵਲੋਗ ਵਿੱਚ ਤੁਹਾਨੂੰ ਦੱਸਿਆ ਸੀ ਦਿੱਕਤ ਆ ਗਈ ਸੀ, ਅਤੇ ਮੰਮੀ ਸ਼ਿਮਲਾ ਮਿਰਚ ਅਤੇ ਗਾਜਰਾਂ ਗੁਜਰਾਂ ਛਿੱਲ ਰਹੇ ਨੇ। ਇੱਧਰ ਲੱਗਾ ਹੋਇਆ ਸਾਡਾ ਹੀਟਰ, ਹਾਂ ਹੀਟਰ ਦਾ ਆਪਾਂ ਹੋਰ ਲਾਭ ਲੈ ਰਹੇ ਹਾਂ, ਵੇਖੋ ਛਿਪੀ ਕੀ ਕਰਦੇ। ਕਾਕੇ ਦੀਆਂ ਜਿਹੜੀਆਂ ਉਹ ਨੇ ਬਿੱਬਾਂ ਬੁੱਬਾਂ ਰੁਮਾਲ ਬੋਡੀਜ਼ ਵਗੈਰਾ ਇਸ ਦੇ ਉੱਪਰ ਪਾ ਦੇਣੀ ਨੇ, ਇਹਨੇ ਐਨ ਸੁੱਕ ਜਾਣਾ। ਠੀਕ ਦੱਸਿਆ ਨਾ ਤਰੀਕਾ ਤੁਹਾਨੂੰ, ਅਸੀਂ ਇੱਥੇ ਇਹੀ ਕੰਮ ਕਰਦੇ। ਪਹਿਲਾਂ ਬਿੱਬਾਂ ਸੁਕਾ ਲਾਂ ਕਿਹੜੀਆਂ ਸਾਰੀਆਂ, ਕਿੰਨੀ ਦੇਰ ਸੁੱਕ ਜਾਂਦੀ ਬਿੱਬਾਂ ਸੁਕਾਉਂਦੇ, ਬੋਡੀਆਂ ਤਾਂ ਵਾਧੂ ਪਈਆਂ ਨੇ ਇਹਦੀਆਂ, ਇਹ ਮੰਮੀ 5 ਮਿੰਟ ਸੁੱਕ ਦੇਣੀਆਂ ਨਾ। ਅੱਛਾ, ਹੋਰ ਐਨ ਚ ਆਕੜ ਜਾਣੀ। ਹਾਂਜੀ, ਨੈਪੀ ਬਦਲੋ, ਖਿੰਨੀਆਂ ਖਿੰਨੀਆਂ ਕਰੋ, ਫੁੱਟ ਜਾਣਾ ਇਹਨੂੰ, ਉਹਨੇ ਚੱਲ ਪਿਆ ਨਾ, ਦਰਵਾਜ਼ਾ ਬੰਦ ਰਹੇਗਾ। ਹਾਂ, ਪਜਾਮੀਆਂ ਇੱਥੇ ਕਿਉਂਕਿ ਹੀਟ ਚੱਲਦੀ ਹੈ, ਹੀਟ ਦਾ ਲਾਹਾ। ਆਪਾਂ ਹੀ ਆ ਨਾ ਕਿਰਨ ਜਿਹੜੇ ਐਨ ਔਰਗਨਾਈਜ਼ ਕਰਕੇ ਹਰੇਕ ਚੀਜ਼ ਰੱਖਦੇ ਸੀ, ਜਿਹੜੀ ਚੀਜ਼ ਜਿੱਥੇ ਪਈ ਹੈ ਤੂੰ ਹਿੱਲਣੀ ਨਹੀਂ ਚਾਹੀਦੀ, ਐਨ ਫਿੱਟ ਪੂਰੀ ਟਿਪ ਟੋਪ ਹੋਣੀ ਚਾਹੀਦੀ ਸੀ ਘਰ ਦੇ ਵਿੱਚ ਚੀਜ਼। ਆਹ ਵੇਖੋ ਜੀ ਚੀਜ਼ਾਂ, ਆਹ ਕੱਪੜੇ, ਆਹ ਦੇਖੋ ਕਿੰਨੇ ਕੱਪੜੇ ਕੁਰਸੀਆਂ ਦੇ ਸੁੱਕਦੇ ਪਏ ਨੇ, ਆਹ ਤੌਲੀਏ ਡਾਇਪਰ ਡੋਪਰ ਜੇ ਇੱਧਰ ਆ ਟੰਗੇ ਹੋਏ। ਆਹ ਵੇਖੋ ਕਿੱਥੇ ਗਏ ਔਰਗਨਾਈਜੇਸ਼ਨਾਂ, ਇਹ ਨੰਨੀ ਪਰੀ ਨੇ ਸਭ ਔਰਗਨਾਈਜੇਸ਼ਨਾਂ ਉਡਾਤੀਆਂ ਨੇ। ਘਰੋਂ ਕਹਿੰਦੀ ਤੁਸੀਂ ਔਰਗਨਾਈਜ਼, ਮੈਂ ਨਹੀਂ ਕਰਨ ਦਿੰਦਾ ਮੰਮਾ, ਨਹੀਂ ਮੰਮਾ ਹਾਲੇ ਛੋਟੀ ਹੈ ਨਾ, ਜਦੋਂ ਵੱਡੀ ਹੋ ਜਾਏਗੀ ਇਹ ਵੀ ਔਰਗਨਾਈਜ਼ ਕਰਾਂਗੀ। ਹਾਲੇ ਤੇਰੇ ਕੱਪੜੇ ਸੁਕਾਉਣੇ ਹੁੰਦੇ ਨੇ, ਇਹ ਤਾਂ ਹੀਟ ਚੱਲਦੀ ਕਮਰੇ 'ਚ ਤਾਂ ਕਰਕੇ ਇੱਥੇ ਅੰਦਰ ਪਾ ਦਿੰਦੇ ਹਾਂ,
ਵੀ ਇਹ ਵੈਸੇ ਉਹਦੇ ਕੁਛ ਰੁਮਾਲ ਰਮੂਲ ਨੇ, ਕੁਛ ਪਜਾਮੀਆਂ ਪਜੂਮੀਆਂ ਇੱਥੇ ਨਵੀਆਂ ਲਿਆਂਦੀਆਂ ਨੇ, ਇੱਧਰ ਟੰਗੀਆਂ ਨੇ। ਨਵੇਂ ਕੱਪੜੇ ਲੈ ਕੇ ਆਏ ਸੀ ਅੱਜ, ਜਿਹੜੇ ਅੰਦਰ ਵਾਰਮਰ ਹੁੰਦੇ ਨਾ, ਕਿਉਂਕਿ ਫਿਰ ਸਰਦੀਆਂ ਨੇ, ਕਈ ਵਾਰੀ ਬੱਚਾ ਜਦੋਂ ਦੁੱਧ ਕੱਢਦਾ ਵਾ ਤੇ ਹਨਾ ਉਹਦੇ ਗਿੱਲੇ ਹੋ ਜਾਂਦੇ ਨੇ, ਤੇ ਕਈ ਵਾਰੀ ਵਿਚਾਰੀ ਦੀ ਪੋਟੀ ਦਾ ਡਾਇਪਰ ਸਾਈਡ ਨੂੰ ਲੀਕ ਹੋ ਜਾਂਦਾ, ਫਿਰ ਸਾਰੇ ਕੱਪੜੇ ਚੇਂਜ ਕਰਨੇ ਪੈਂਦੇ ਆ, ਇਸ ਕਰਕੇ ਫਿਰ ਆਪਾਂ ਨੂੰ ਘੱਟ ਪੈਂਦੇ ਨੇ ਕੱਪੜੇ, ਉਹ ਜਿੰਨੇ ਵਾਰਮ ਹੋਣ ਉਹਨੇ ਜ਼ਿਆਦਾ ਵਧੀਆ ਗੱਲ ਆ, ਤੇ ਇਸ ਕਰਕੇ ਉਹਨਾਂ ਨੇ ਨਵੇਂ ਲੈਂਦੇ, ਉਹਨਾਂ ਨੂੰ ਇੱਕ ਵਾਰੀ ਵਾਸ਼ ਕਰਤਾ ਸਾਰਿਆਂ ਨੂੰ ਇੱਕ ਵਾਰੀ, ਤਾਂ ਕਰਕੇ ਸਾਰੇ ਟੰਗੇ ਹੋਏ ਨੇ। ਵੈਸੇ ਕੋਸ਼ਿਸ਼ ਕਰਿਓ, ਛਿੱਪੀ ਕਰ ਲਓ, ਇੱਕ ਛੋਟਾ ਸਟੈਂਡ ਹੁੰਦਾ ਜਿਹੜਾ, ਬਿਲਕੁਲ ਉਹੀ ਛੋਟਾ ਸਟੈਂਡ 'ਤੇ ਇਹਦੇ ਕੱਪੜੇ ਪਾ ਕੇ ਬਾਹਰ ਧੁੱਪੇ ਰੱਖਤਾ, ਅਤੇ ਜਦੋਂ ਜੇ ਲੱਗਿਆ ਵੀ ਗਿੱਲੇ ਆ ਫਿਰ ਅੰਦਰ ਕਰ ਲਿਆ, ਇੱਦਾਂ ਵੱਖਰਾ ਵੱਖਰਾ ਇੱਕ ਥਾਂ 'ਤੇ ਪਾਇਆ, ਫਿਰ ਉਹ ਇੱਕੋ ਸਟੈਂਡ 'ਤੇ ਇੱਕ ਥਾਂ 'ਤੇ ਪਿਆ ਰਿਹਾ ਕਰੂਗਾ, ਹੈ ਨਾ। ਮੈਂ ਲਿਆਉਣਾ ਕੱਲ੍ਹ ਹੀ ਲਿਆਉਣਾ ਸਟੈਂਡ ਲਿਆਉਣਾ, ਵੀਰੇ ਨੇ ਤਾਂ ਵੀਰਾ ਵਾਲੀ ਉਹ ਲਿਆਏ ਸੀ ਵੀਰੇ ਹੁਣੇ, ਅਲਮਾਰੀ ਕਹਿੰਦੀ ਬਾਤ ਦੀ ਅਲਮਾਰੀ ਲਿਆਉਂਦੇ ਹਾਂ, ਕਿਉਂਕਿ ਰੂਮ ਦੇ ਵਿੱਚ, ਹਾਂਜੀ ਰੂਮ ਦੇ ਵਿੱਚ ਪਈ ਜ਼ਰੂਰੀ ਲੱਗਦੀ ਹੈ, ਅਤੇ ਹਾਂ ਠੀਕ ਹੈ ਅਲਮਾਰੀ, ਇਹਦੇ ਵਿੱਚ ਸਾਰੇ ਬਾਤ ਦੇ ਕੱਪੜੇ ਆ ਗਏ, ਸਾਡੇ ਤਾਂ ਅਟੈਚੀਆਂ 'ਚ ਪੈ ਜਾਣਗੇ, ਕਿਉਂਕਿ ਬੱਚੇ ਦੇ ਕੱਪੜੇ ਜਿਹੜੇ ਨਾ ਇੱਕ ਥਾਂ 'ਤੇ ਪਏ ਹੋਣੇ ਚਾਹੀਦੇ, ਕਿਉਂਕਿ ਵਾਰ ਵਾਰ ਅਟੈਚੀ ਖੋਲ੍ਹਣਾ ਬਹੁਤ ਔਖਾ ਲੱਗਦਾ ਵਾ, ਉਸ ਕਰਕੇ ਬਾਦਤ ਦੇ ਸਾਰੇ ਕੱਪੜੇ ਆਪਾਂ ਉਹਦੇ ਵਿੱਚ ਪਾ ਦਿੱਤੇ ਹੋਏ ਆ। ਥੈਂਕਸ ਟੂ ਵੀਰ ਐਂਡ ਪਬੀ, ਥੈਂਕਸ ਟੂ ਵੀਰ ਐਂਡ ਪਬੀ, ਉਹਨਾਂ ਨੇ ਪਹਿਲਾਂ ਹੀ ਇਬਾਦਤ ਵਾਸਤੇ ਅਲਮਾਰੀ ਲਿਆ ਕੇ ਰੱਖਤੀ, ਕਹਿੰਦੇ ਵੀ ਇਬਾਦਤ ਨੂੰ ਲੋੜ ਪੈਣੀ ਹੈ, ਕਿਉਂਕਿ ਰੂਮ ਦੇ ਵਿੱਚ ਇੱਥੇ ਹੈ ਨਹੀਂ ਅਲਮਾਰੀ, ਕਹਿੰਦੇ ਜ਼ਰੂਰੀ ਹੋਏਗੀ। ਚਲੋ ਸਾਡਾ ਤਾਂ ਸਰ ਜਾਂਦਾ, ਮੇਰੀ ਇਬਾਦਤ ਨਹੀਂ ਸਰਦਾ, ਸਭ ਸੁੱਤੇ ਨੇ ਸਾਨੂੰ ਛੱਡ ਕੇ, ਅਸੀਂ ਜਾ ਪਹਿਲਾਂ ਅਸੀਂ ਸੋਨੇ ਨੇ ਆਰਾਮ ਨਾਲ ਰਿਲੈਕਸ ਹੋ ਕੇ, ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਹੁਣ ਸਾਰੇ ਫ੍ਰੀ ਮਾਈਂਡ ਹੋ ਕੇ ਸੁੱਤੇ ਆ, ਤੇ ਅਸੀਂ ਆਪਣੀ ਬੰਦ ਕਰਕੇ ਜਾਗਾਂਗੇ, ਜਗਾਉਂਦੀ ਹੈ ਰਾਤ ਨੂੰ ਨਾ ਅਜੇ। ਬਸ ਕਾਫੀ ਜਾਣਿਆਂ ਨੇ ਕਮੈਂਟ ਕੀਤੇ ਸੀ ਕਿ ਸਵਾ ਮਹੀਨਾ ਬੱਚਾ ਜਿਹੜਾ ਉਹ ਬੜਾ ਚੇਂਜਸ ਕਰਦਾ, ਹੈ ਨਾ, ਕਈ ਵਾਰੀ ਦਿਨੇ ਸੌਂਦਾ, ਕਈ ਵਾਰੀ ਰਾਤ ਨੂੰ, ਹਰ ਇੱਕ ਦਿਨ ਜਿਹੜਾ ਬੱਚੇ ਲਈ ਨਵਾਂ ਹੁੰਦਾ, ਚੇਂਜ ਹੁੰਦਾ, ਹੈ ਨਾ। ਅਸੀਂ ਜੇ ਅਸੀਂ ਕਰੀਏ, ਅਸੀਂ ਜੇ ਕਹੀਏ ਵੀ ਕੱਲ੍ਹ ਇਹ ਦਿਨੇ ਘੱਟ ਸੁੱਤਾ ਜਾਂ ਰਾਤ ਨੂੰ ਜ਼ਿਆਦਾ ਸੁੱਤਾ, ਪਰ ਇਹਦਾ ਹਰ ਡੇ ਜਿਹੜਾ ਉਹ ਚੇਂਜ ਹੁੰਦਾ ਜਾਂਦਾ, ਹੈ ਨਾ। ਅੱਜ ਜਿਵੇਂ ਦਿਨ ਜਾਗੀ ਹੈ, ਜਾਗੀ ਅੱਜ, ਜ਼ਿਆਦਾ ਜਾਗੀ, ਹਾਂ, ਉਹ ਰਾਤ ਨੂੰ ਹੁਣ ਸੁੱਤੀ ਹੋਈ ਹੈ, ਕੀ ਪਤਾ ਜਾਗੇ, ਬਾਕੀ ਪਤਾ ਨਹੀਂ, ਰਾਤ ਨੂੰ ਪਤਾ ਲੱਗੇਗਾ। ਇੱਕ ਦੋ ਜਣਿਆਂ ਨੇ ਸ਼ਾਇਦ ਕਮੈਂਟ ਕੀਤੇ ਸੀ ਕਿਸੇ ਵੀਰ ਭੈਣ ਨੇ, ਹਾਂ ਵੀ ਤੁਸੀਂ ਤਾਈ ਜੀ ਨਾ ਕਹੋ, ਵੱਡੇ ਮੰਮੀ ਵੱਡੇ ਪਾਪਾ ਕਹੋ, ਪਰ ਨਹੀਂ, ਜੋ ਅਸਲੀ ਰਿਸ਼ਤੇ ਆ ਨਾ, ਉਹ ਅਸੀਂ ਸਾਨੂੰ ਉਹੀ ਚੰਗੇ ਲੱਗਦੇ ਨੇ, ਦਾਦਾ ਦਾਦੀ ਨਾਨਾ ਨਾਨੀ ਚਾਚਾ ਚਾਚੀ, ਜਿਵੇਂ ਸਾਡੇ ਦੂਜੇ ਪਰਮ ਅਗਮ ਸਾਨੂੰ ਚਾਚੂ ਚਾਚੀ ਕਹਿੰਦੇ ਨੇ, ਹਨਾ, ਉਹ ਦਾਦਾ ਦਾਦੀ ਕਹਿੰਦੇ ਨੇ, ਦਾਦਾ ਜੀ ਦਾਦੀ ਜੀ, ਉਹ ਤੋਂ ਨਾਨਾ ਨਾਨੀ ਮਾਮਾ ਮਾਮੀ, ਸਾਰੇ ਅਸਲੀ ਰਿਸ਼ਤੇ ਲੈ ਕੇ, ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਰਿਸ਼ਤਿਆਂ ਦੀ ਪਹਿਚਾਣ ਹੀ ਉਦੋਂ ਹੁੰਦੀ ਹੈ, ਜੇ ਅਸੀਂ ਵੱਡੇ ਮਾਮਾ ਵੱਡੇ ਵੱਡੇ ਮੰਮੀ ਵੱਡੇ ਪਾਪਾ ਕਹਾਂਗੇ, ਬੱਚੇ ਨੂੰ ਪਤਾ ਹੀ ਨਹੀਂ ਲੱਗੂਗਾ ਨਾ ਵੀ ਸਾਡਾ ਇਹਨਾਂ ਅਸਲੀ ਰਿਸ਼ਤਾ ਕੀ ਚੀਜ਼ ਆ, ਤਾਇਆ ਤਾਈ ਜੀ, ਹਨਾ, ਜਿਵੇਂ ਅਸੀਂ ਕਹਿੰਦੇ ਆਏ ਆ ਤਾਇਆ ਤਾਈ ਜੀ, ਭੂਆ ਫੁੱਫੜ ਮਾਮਾ ਮਾਮੀ, ਸਾਰੇ ਰਿਸ਼ਤੇ ਇੱਦਾਂ ਹੀ ਹੋਣੇ ਚਾਹੀਦੇ ਨੇ, ਜੋ ਬਣੇ ਨੇ ਉਹਨਾਂ ਨੂੰ ਵਿਗਾੜਨਾ ਨਹੀਂ ਆਪਾਂ, ਨਹੀਂ ਬਿਲਕੁਲ ਨਹੀਂ, ਹਾਂ ਜੋ ਹੈ ਉਹੀ ਰੱਖੋਗਾ, ਵੱਡੀ ਹੋ ਕੇ ਤਾਈ ਤਾਇਆ ਬੋਲਿਆ ਕਰੋਗੀ, ਤਾਇਆ ਜੀ ਤਾਈ ਜੀ, ਤੇ ਬਾਕੀ ਦਾਦਾ ਜੀ ਦਾਦੀ ਜੀ ਨਾਨਾ ਜੀ ਨਾਨੀ ਜੀ, ਸਭ ਰਿਸ਼ਤੇ ਅਸਲੀ ਨਾਮ ਲਓਗੇ ਮੇਰੇ ਬੱਚੇ, ਸੋ ਕੋਈ ਪਲੀਜ਼ ਮਾਈਂਡ ਨਾ ਕਰਿਓ, ਹਰੇਕ ਦਾ ਆਪਣਾ ਸਿਸਟਮ ਹੁੰਦਾ ਘਰ ਦਾ, ਸਹੀ ਗੱਲ ਆ, ਮਾਈਂਡ ਨਾ ਕਰਿਓ ਇਸ ਚੀਜ਼ ਦਾ, ਤੁਹਾਡਾ ਆਪਣਾ ਓਪੀਨੀਅਨ ਆ, ਪਰ ਸਾਨੂੰ ਇਹ ਚੀਜ਼ ਜਿੱਦਾਂ ਪੰਜਾਬੀਅਤ ਵਿੱਚ ਜੋ ਪੰਜਾਬੀ ਹੈਗੀ ਸਾਡੀ, ਅਸਲ ਰਿਸ਼ਤੇ ਅਸਲ ਨਾਮ ਦੇ ਨਾਲ ਹੀ ਜਾਣੇ ਜਾਂਦੇ ਨੇ, ਤੇ ਬਾਕੀ ਤੁਸੀਂ ਸਾਰੇ ਜਾਣੇ ਇਬਾਦਤ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ, ਅਸੀਂ ਮਤਲਬ ਜੇ ਕਿਤੇ ਬਾਹਰ ਅੰਦਰ ਜਾਂਦੇ, ਜਿਵੇਂ ਡਾਕਟਰ ਦੇ ਚੈੱਕਅਪ ਲਈ ਅਸੀਂ ਬਾਹਰ ਅੰਦਰ ਜਾਂਦੇ ਹਾਂ ਨਾ ਇਬਾਦਤ ਨੂੰ ਲੈ ਕੇ, ਤਾਂ ਸਾਨੂੰ ਕਾਫੀ ਜਾਣੇ ਮਿਲਦੇ ਨੇ, ਪਹਿਲਾਂ ਇੱਦਾਂ ਦਾ ਟਾਈਮ ਹੁੰਦਾ ਸੀ ਕਿ ਸਾਨੂੰ ਮਿਲ ਕੇ ਕਹਿੰਦੇ ਹੁੰਦੇ ਸੀ ਕਿ ਤੁਹਾਡੀ ਜੋੜੀ ਸਾਨੂੰ ਬਹੁਤ ਵਧੀਆ ਲੱਗਦੀ, ਤੁਸੀਂ ਸਾਨੂੰ ਬਹੁਤ ਨਾਈਸ ਲੱਗਦੇ, ਪਰ ਹੁਣ ਕੋਈ ਸਾਨੂੰ ਕੋਈ ਮਿਲਦਾ ਨਾ, ਉਹ ਸਭ ਤੋਂ ਪਹਿਲਾਂ ਉਹਨਾਂ ਦਾ ਵਰਡ ਹੁੰਦਾ ਇਬਾਦਤ ਕਿਵੇਂ ਆ, ਬੜੀ ਖੁਸ਼ੀ ਹੁੰਦੀ, ਇੰਨੀ ਖੁਸ਼ੀ ਹੁੰਦੀ,
ਤੇ ਮਤਲਬ ਸ਼ਿਪੀ ਨੂੰ ਵੀ ਕਿਸੇ ਨੇ ਫੋਨ ਕਿ ਪਤਾ ਨਹੀਂ ਕਮੈਂਟ ਕਿ ਪਤਾ ਨਹੀਂ ਮੈਸੇਜ ਕੀਤਾ ਹੈ ਪਰਸਨਲੀ ਉਹਨਾਂ ਨੇ ਕਿ ਤੁਸੀਂ ਇਬਾਦਤ ਦੇ ਪਾਪਾ ਬੋਲ ਰਹੇ ਹੋ। ਹਾਂ ਫੋਨ ਆਇਆ ਸੀ ਪੋ ਕਹਿੰਦੇ ਹੁੰਦੇ ਕਿ ਤੁਸੀਂ ਕਿਰਨ ਜਾਂ ਜਿਉਣਾ ਹਨਾ ਤੁਸੀਂ ਉਹ ਹੈਪੀਸਟ ਕਪਲ ਬੋਲਦੇ ਹੋ ਹੁਣ ਸਿੱਧਾ ਹੀ ਇਬਾਦਤ ਦੇ ਪਾਪਾ ਬੋਲ। ਤੇ ਹੁਣ ਸਾਨੂੰ ਸਭ ਤੋਂ ਪਹਿਲਾਂ ਕੋਈ ਵੀ ਸਾਡਾ ਸਬਸਕ੍ਰਾਈਬਰ ਮਿਲਦਾ ਨਾ ਵੀਰ ਭੈਣ ਭਰਾ ਅੱਜ ਵੀ ਰਾਜਪੁਰੇ ਚ ਵੀ ਮਿਲੇ ਸਨ ਗੱਡੀ ਰੋਕ ਕੇ ਭੈਣ ਜੀ ਹੁਣੇ ਤੇ ਭਾਜੀ ਹੁਣੇ ਉਹਨਾਂ ਨੇ ਕਿਹਾ ਕਿ ਤੁਸੀਂ ਯੂਟਿਊਬਰ ਹੋ ਇਬਾਦਤ ਕਿਵੇਂ ਆ ਉਹਨਾਂ ਨੇ ਕਿਹਾ ਸੀ ਗੁੜੀਆ ਹੋਈ ਹੈ ਤੁਹਾਡੇ ਗੁਰਦੁਆਰਾ ਸਾਹਿਬ ਹਨੂੰਮਾਨ ਜੀ ਦੇ ਬਾਬਾ ਜੀ ਦੇ ਗਏ ਸੀ ਸਿੰਘ ਸ਼ਹੀਦਾਂ ਉੱਥੇ ਵੀ ਬਹੁਤ ਸਬਸਕ੍ਰਾਈਬਰ ਵੀਰ ਭੈਣ ਮਿਲਦੇ ਨੇ ਦਿਲ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਕਰਨ ਲਈ ਸਾਨੂੰ ਤੇ ਸਾਡੀ ਬੱਚੀ ਨੂੰ ਸਹੀ ਗੱਲ ਚਲੋ ਹੁਣ ਅਸੀਂ ਤਿਆਰੀਆਂ ਕਰੀਏ ਇਹਦੇ ਡਾਇਪਰ ਡੂਪਰ ਚੇਂਜ ਕਰਨ ਦੀਆਂ ਹਾਂ ਇੱਕ ਵਾਰੀ ਨੂੰ ਆਪਾਂ ਉਠਾ ਕੇ ਡਾਇਪਰ ਚੇਂਜ ਕਰ ਦਿੰਦੇ ਆ ਫਿਰ ਜਦੋਂ ਉੱਠ ਜਾਂਦੀ ਹੈ ਫਿਰ ਫੀਡ ਲੈ ਲੈਂਦੀ ਹੈ ਇੱਕ ਵਾਰੀ ਹਨਾ ਫਿਰ ਸੌ ਜੂਗੀ ਥੋੜਾ ਟਾਈਮ ਫਿਰ ਅਸੀਂ ਵੀ ਸੌ ਜਾਂਗੇ 2-3 ਘੰਟੇ ਸੌ ਜੂਗੀ ਫਿਰ ਆਪਾਂ ਵੀ ਸੌ ਜਾਂਗੇ ਐਨ ਸਿੱਖੇ ਵੀ ਹੋਣਾ ਸਾਰਾ ਕੁਝ ਕਿਉਂਕਿ ਜੇ ਇਹ ਨੂੰ ਹੁਣ ਨਹੀਂ ਠਾਵਾਂਗੇ ਨਾ ਇਹਨੇ ਸੁੱਤੀ ਰਹਿਣਾ ਵਾ ਪਤਾ ਨਹੀਂ ਵਿੱਚ ਜੀ ਉੱਠੇਗੀ ਕਿਤੇ ਹਾਂ ਸੋ ਇਸ ਤੋਂ ਪਹਿਲਾਂ ਬੈਟਰ ਆ ਕਿ ਆਪਾਂ ਇਹਦਾ ਡਾਇਪਰ ਚੇਂਜ ਕਰਕੇ ਤੇ ਇਹਨੂੰ ਸਵਾ ਦਈਏ ਸਵੇਰੇ ਸਵੇਰੇ ਉੱਠੀ ਪੀਏ ਦਾਦੀ ਜੀ ਕੋਲ ਆ ਕੇ ਸਾਰੇ ਦੇ ਆਲੇ ਦੁਆਲੇ ਇਕੱਠੇ ਹੋਏ ਨੇ ਤਾਊ ਜੀ ਦਾਦੀ ਜੀ ਦੀਦੀ ਜੀ ਵੀਰ ਜੀ ਅਗਮ ਵੀਰ ਜੀ ਤੁਸੀਂ ਕੀ ਪੁੱਛ ਰਹੇ ਸੀ ਅਗਮ ਵੀਰ ਜੀ ਬੜੇ ਚਿਰ ਦਾ ਪੁੱਛ ਰਿਹਾ ਮੰਮੀ ਉਹ ਤੁਹਾਡੇ ਉਹ ਕਿੰਨੇ ਹੋ ਗਏ ਨੇ ਮੈਂ ਕੀ ਹੁਣ ਤਾਂ ਹੁਣ ਪੁੱਛੇਗਾ ਦੱਸੋ ਕੀ ਦੱਸ ਹੈ ਉੱਚੀ ਬੋਲ ਯਾਰ ਸਬਸਕ੍ਰਾਈਬ ਨੀ ਸਬਸਕ੍ਰਾਈਬਰ ਬੋਲ ਹੁਣ ਹੁਣ ਬੋਲ ਸਬਸ ਬੋਲ ਸਬਸ ਇਬਾਦਤ ਨੂੰ ਬ੍ਰੈਡ ਲੈ ਕੇ ਧੁੱਪ ਦੇ ਵਿੱਚ ਬਹਿਣ ਦਾ ਮਜ਼ਾ ਹੀ ਬੜਾ ਹੈ ਇੱਥੇ ਘੈਂਟ ਧੁੱਪ ਪੈਂਦੀ ਹੈ ਇੰਨੀ ਜ਼ਿਆਦਾ ਤਿੱਖੀ ਧੁੱਪ ਪਈ ਅੰਦਰਾਂ 'ਚ ਬੈਠ ਰਹੇ ਹਾਂ ਤਾਂ ਚਿਲਿੰਗ ਜੀ ਹੈ ਬਾਹਰ ਬੈਠਾ ਪੂਰੀ ਸੇਕ ਨਜ਼ਾਰੇਦਾਰ ਬੱਲੇ 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 ਬੜਕਾਂ ਮਾਰ ਰਹੀ ਹੈ ਪੂਰੀਆਂ ਮੇਰੀ ਆਵਾਜ਼ ਵੀ ਲਾਓ ਕਹਿੰਦੀ ਵਿੱਚ ਅੰਗੜਾਈਆਂ ਲੈ ਰਹੀ ਹੈ ਪੂਰੀਆਂ ਇੰਜੋਏ ਕਰ ਰਹੀ ਹੈ ਉੱਥੇ ਸੀ ਨਾ ਉੱਥੇ ਹਵਾ ਪੈਂਦੀ ਸੀ ਛੱਤ ਤੇ ਗੱਡੀ 'ਚ ਹੋਰ ਤਰ੍ਹਾਂ ਦਾ ਸੇਕ ਪੈਂਦਾ ਸੀ ਪਰ ਤੇਰੀ ਦੀ ਮਾਸੀ ਕਿਹਦੇ ਵਰਗੇ ਆ ਮੇਰੇ ਵਰਗੀ ਕਿਰਨ ਵਰਗੀ ਬਬਲੂ ਵਰਗੀ ਲੱਗਦੀ ਮੰਮੀ ਕਰ ਰਹੇ ਨੇ ਭਾਬੀ ਦੇ ਸਿਰ ਦੀ ਮਸਾਜ ਤੇ ਮੰਮੀ ਨੇ ਕਿਰਨ ਨੂੰ ਪੁੱਛਿਆ ਕਿਰਨ ਮੰਮੀ ਦੇ ਹੱਥ ਤੁਹਾਨੂੰ ਮਸਾਜ ਨਹੀਂ ਕਰਾਉਂਦੇ ਕਿਉਂ ਕਾਰਨ ਦੱਸੋ ਹੁਣ ਕਿ ਮੈਂ ਦਿਖਾਉਣਾ ਮੰਮੀ ਦਿਖਾਇਓ ਟ੍ਰੇਲਰ ਉਹ ਟ੍ਰੇਲਰ ਦਿਖਾਇਓ ਤਕੜ ਵਾਲਾ ਇਬਾਦਤ ਤੁਹਾਡੀ ਕਰਦੀ ਮੈਨੂੰ ਤਾਂ ਮਜ਼ਾ ਆਉਂਦਾ ਮੰਮੀ ਵਾਲੀ ਮਸਾਜ ਨਾਲ ਹੈਵੀ ਮਸਾਜ ਹੁੰਦੀ ਹੈ ਨਾ ਸਿਰ ਐ ਰਿਲੈਕਸ ਹੋ ਜਾਂਦਾ ਓਏ ਬਾਜੇ ਤੁਹਾਡੇ ਵੀ ਕਰਦੀ ਮਸਾਜ ਵਾਲੀ ਮੈਂ ਵੀ ਸਿਰ ਧੋਣਾ ਫਿਰ ਤੇਲ ਲਾਇਆ ਮੇਰੇ
ਮੈਂ ਵੀ ਧੋਨਾ ਸਾਰਿਆਂ ਦੇ ਮੈਂ ਸਾਜਾਂ ਕਰੋ ਇਬਾਦਤ ਦੀ ਕਰੋ ਇਬਾਦਤ ਦੀ ਮਾਲ ਚ ਇਬਾਦਤ ਇਬਾਦਤ ਛੋੜੀ ਇਬਾਦਤ ਲਵਾ ਲਿਆ ਤੇਲ ਹਾਂ ਫਿਰ ਤੇਲ ਵਾਲੀ ਮਾਈ ਉਹ ਦੁੱਧ ਵਾਲੀ ਮਾਈ ਇਹ ਪੋਟੀ ਵਾਲਾ ਭਾਈ ਹਾਂਜੀ ਫਿਰ ਇੰਨੇ ਜਣੇ ਤੁਹਾਡੇ ਨਾਲ ਇਕੱਠੇ ਹੋਏ ਨੇ ਸੋਹਣੇ ਹੋ ਉੱਠ ਜਾਓ ਫਿਰ ਮਸਾਜਾਂ ਤੁਸੀਂ ਵੀ ਕਰਾ ਲਓ ਫਿਰ ਉੱਠੋ ਸੋਹਣੇ ਹੋ ਗੁੱਫੂ ਹੋ ਆ ਗਿਆ ਬਾਅਦ ਤੇਰਾ ਵੀ ਨੰਬਰ ਹੋਣਾ ਕਹਿੰਦੀ ਸੀ ਮੇਰੀ ਕਰੋ ਮਸਾਜ ਹੁਣ ਕਰਾ ਮਸਾਜ ਐ ਕਰਦੀ ਚੰਗੀ ਭਲੀ ਸੁੱਤੀ ਕਹਿੰਦੀ ਮੇਰੀ ਮਸਾਜ ਕਰੋ ਪਾ ਦੋ ਪਾ ਦੋ।